ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਬੈਕਬੋਨ ਖੇਤੀਬਾੜੀ ਨੂੰ, ਕਿਸਾਨੀ ਨੂੰ, ਕਿਸਾਨ ਨੂੰ ਬਚਾਉਣ ਵਾਸਤੇ ਜਿਹੜੇ ਇਤਿਹਾਸਿਕ ਉਪਰਾਲੇ ਇਸ ਵਾਰ ਹੋਏ ਹੈ, ਔਰ ਇਹ ਮੈਂ ਰੀਅਲ ਸੈਂਸ ਕਹਿਣਾ ਚਾਹੁੰਦਾ ਤੁਹਾਨੂੰ ਸਾਰੇ ਸਾਥੀਆਂ ਨੂੰ ਕਿ ਜਿਸ ਸੰਜੀਦਗੀ ਨਾਲ, ਗੰਭੀਰਤਾ ਨਾਲ, ਜਵਾਬਦੇਹੀ ਨਾਲ ਕਿਸਾਨ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਜਿਹੜਾ ਕੰਪਨਸ਼ੇਟ ਕਰਨ ਦੀ ਸ਼ੁਰੂਆਤ ਕੀਤੀ ਹੈ, ਮੈਂ ਆਪਣੀ ਜਾਣਕਾਰੀ ਅਨੁਸਾਰ ਪੰਜਾਬ ਦੇ ਇਤਿਹਾਸ 'ਚ ਇਸ ਤੇਜ਼ੀ ਨਾਲ ਅਤੇ ਟਰਾਂਸਪੇਰੈਂਸੀ ਨਾਲ ਕਦੀ ਇਸ ਤਰ੍ਹਾਂ ਕਿਸੇ ਵੀ ਸਕੀਮ ਨੂੰ ਇੰਪਲੀਮੈਂਟ ਹੁੰਦੇ ਨਹੀਂ ਦੇਖਿਆ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੇਮੌਸਮੀ ਬਰਸਾਤ ਔਰ ਗੜੇਮਾਰੀ ਕਰਕੇ ਜਿਹੜਾ ਕਣਕ ਦਾ ਨੁਕਸਾਨ ਹੋਇਆ, ਔਰ ਅੱਜ ਤੋਂ ਤਕਰੀਬਨ 20 ਦਿਨ ਪਹਿਲਾਂ ਓਨਰੇਬਲ ਚੀਫ ਮਿਨਿਸਟਰ ਆਫ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਅਨਾਊਂਸ ਕੀਤਾ ਸੀ ਮੋਗਾ ਔਰ ਬਰਨਾਲਾ ਜ਼ਿਲ੍ਹੇ ਦੇ ਕੁਛ ਪਿੰਡਾਂ 'ਚ ਜਾ ਕੇ ਕਿ ਵਿਦਇਨ 20 ਡੇਜ਼ ਵਿਸਾਖੀ ਤੋਂ ਪਹਿਲਾਂ, ਕਿਉਂਕਿ ਕਣਕ ਦੀ ਫਸਲ ਦਾ ਵਿਸਾਖੀ ਨਾਲ ਇੱਕ ਲਿੰਕ ਜੁੜਦਾ ਹੈ, ਕਿਸਾਨਾਂ ਦੀ ਖੁਸ਼ਹਾਲੀ ਦਾ ਵਿਸਾਖੀ ਨਾਲ ਲਿੰਕ ਜੁੜਦਾ ਹੈ, ਕਿਸਾਨਾਂ ਦੀ ਖੁਸ਼ੀ ਦਾ ਲਿੰਕ ਜੁੜਦਾ ਹੈ। ਔਰ ਸਾਡੀ ਅਪੋਜੀਸ਼ਨ ਪਾਰਟੀਆਂ ਨੇ ਇਹਦਾ ਬੜਾ ਮਜ਼ਾਕ ਉਡਾਇਆ ਸੀ, ਔਰ ਉਹਦਾ ਕਿਉਂਕਿ ਇਹਨਾਂ ਨੇ ਕਦੀ ਕਰਕੇ ਨਹੀਂ ਦਿਖਾਇਆ। ਜੇ ਕੰਪਨਸ਼ੇਟ ਕਰਨ ਵਾਸਤੇ ਅਨਾਊਂਸਮੈਂਟ ਕਰਤੀ ਤਾਂ ਕਦੀ 50 ਰੁਪਏ ਦੇ, ਕਦੀ 150 ਰੁਪਏ ਦੇ, ਕਦੀ 51 ਰੁਪਏ ਦੇ, ਕਦੀ 21 ਰੁਪਈਏ ਦੇ ਚੈੱਕ ਆਉਂਦੇ ਰਹੇ ਆ। ਔਰ ਅੱਜ ਮੈਨੂੰ ਜਾਣ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਫਸਲ ਖੇਤਾਂ 'ਚ ਅਤੇ ਪੈਸਾ ਖਾਤੇ 'ਚ, ਔਰ ਇਹ ਕਰਕੇ ਵਿਖਾਇਆ। ਇਹ ਗੱਲਾਂ ਦੀ ਇਹ ਕੋਈ ਸਲੋਗਨ ਨਹੀਂ ਆ, ਫਸਲ ਖੇਤਾਂ 'ਚ ਅਤੇ ਪੈਸਾ ਖਾਤੇ 'ਚ, ਯਾਨੀ ਕਿ ਫਸਲ ਤਾਂ ਅਜੇ ਖੇਤ 'ਚ ਹੀ ਪਈ ਹੈ ਔਰ ਪੈਸਾ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ 6 ਕਰੋੜ ਰੁਪਏ ਦੀ ਵੱਧ ਜਿਹੜੀ ਪੈਸੇ ਦੀ ਵੰਡ ਹੈ ਕਿਸਾਨਾਂ ਦੀ ਕਣਕ ਦੇ ਕੰਪਨਸੇਸ਼ਨ ਨੂੰ ਲੈ ਕੇ, ਔਰ ਇਸ ਤਬਾਹੀ ਦੇ ਦੌਰਾਨ ਜਿਹੜੇ ਗਰੀਬਾਂ ਦੇ ਘਰ ਟੁੱਟੇ ਸੀ ਉਹਨਾਂ ਨੂੰ ਲੈ ਕੇ ਹੋ ਗਈ। ਟੋਟਲ ਉਸ ਜ਼ਿਲ੍ਹੇ ਦੀ ਹਜੇ ਤੱਕ ਰਿਪੋਰਟ 12 ਕਰੋੜ ਕੁਛ ਹਜ਼ਾਰ ਰੁਪਏ ਦੀ ਹੈ, 12 ਕਰੋੜ ਤੋਂ ਉੱਪਰ ਦੀ, ਅਤੇ 6 ਕਰੋੜ ਰੁਪਇਆ ਵੰਡਿਆ ਵੀ ਗਿਆ ਔਰ ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਇਆ ਡਿਸਬਰਸ ਹੋ ਚੁੱਕਿਆ ਹੈ ਅਲੱਗ ਅਲੱਗ ਜ਼ਿਲ੍ਹਿਆਂ ਦੇ DC ਸਾਹਿਬਾਨਾਂ ਦੇ ਅਕਾਊਂਟ 'ਚ ਹੁਣ ਤੱਕ 150 ਕਰੋੜ ਰੁਪਏ ਹੁਣ ਤੱਕ। ਔਰ ਟਰਾਂਸਪੇਰੈਂਸੀ ਜਿਹੜਾ ਮੈਂ ਸ਼ਬਦ ਵਰਤਿਆ ਸੀ ਉਹਦਾ ਕਾਰਨ ਹੈ ਕਿ ਗਰਦੌਰੀਆਂ ਅਗਰ ਹੋਣੀਆਂ ਆ ਤੇ ਇਨਫਲੂਐਂਸ ਜਿਹੜੇ ਪਰਿਵਾਰ ਹੁੰਦੇ ਸੀ ਪ੍ਰਭਾਵਸ਼ਾਲੀ, ਉਹਨਾਂ ਦੇ ਘਰਾਂ 'ਚ ਬਹਿ ਕੇ, ਅੱਜ ਮੁੱਖ ਮੰਤਰੀ ਜੀ ਨੇ ਵੀ ਜ਼ਿਕਰ ਕੀਤਾ ਜਿਸ ਤਰ੍ਹਾਂ, ਔਰ ਇਹ ਬੜੀ ਸੱਚਾਈ ਹੈ ਪੰਜਾਬ ਦੀ ਕਿ ਇੱਕ ਪ੍ਰਭਾਵਸ਼ਾਲੀ ਬੰਦੇ ਦੇ ਘਰ 'ਚ ਬੈਠ ਕੇ ਗਰਦਾਵਰੀ ਕਰ ਲੈਣੀ ਜਾਂ ਕਰਵਾ ਲੈਣੀ, ਅਤੇ ਜਿਹੜਾ ਐਕਚੁਅਲ ਸੈਂਸ 'ਚ ਪ੍ਰਭਾਵਿਤ ਸੀ ਉਹਦੇ ਤੱਕ ਪੈਸਾ ਨਹੀਂ ਪਹੁੰਚਦਾ ਸੀ, ਬਹੁਤ ਸਾਰੇ ਐਗਜ਼ਾਮਪਲ। ਔਰ ਇਹ
ਪਰੰਪਰਾ ਜਿਹੜੀ ਸੀ ਕੰਪਨਸ਼ੇਟ ਕਰਨ ਦੀ ਕਿ ਫਸਲਾਂ ਨੂੰ ਜਿਹੜੀ ਕੁਦਰਤੀ ਜਿਹੜੀ ਆਪਦਾ ਆ ਜਾਂਦੀ ਆ ਉਹਦੇ ਕਰਕੇ ਇਹ ਇੱਕ ਜੁਮਲਾ ਬਣ ਕੇ ਰਹਿ ਗਿਆ ਸੀ ਹੁਣ ਤੱਕ ਪੰਜਾਬ 'ਚ ਜੁਮਲਾ। ਮੁੱਖ ਮੰਤਰੀ ਜੀ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਇਨਸ਼ੋਰ ਕੀਤਾ ਕਿ ਸਰਕਾਰੀ ਆਫੀਸ਼ੀਅਲਸ ਨਾਲ ਉਸ ਏਰੀਏ ਦੇ MLA ਸਾਹਿਬਾਨ ਵੀ ਗਰਾਊਂਡ ਜ਼ੀਰੋ 'ਤੇ ਜਾ ਕੇ ਟਰਾਂਸਪਰੈਂਸੀ ਨਾਲ ਗਰਦੌਰੀਆਂ ਕਰਾਉਣਗੇ ਔਰ ਹੋਈਆਂ। ਆ ਜਿਹੜੇ ਕਾਂਗਰਸ ਔਰ ਅਕਾਲੀ ਦਲ ਵਾਲੇ ਕਹਿ ਰਹੇ ਸੀ ਕਿ ਇਹ ਤਾਂ ਸਭ ਸਲੋਗਨ ਹੈ, ਝੂਠ ਹੈ, ਤੂਫਾਨ ਹੈ, ਹੁਣ ਦੇਖ ਲੈਣ। ਇਹ ਤਾਂ ਅੱਜ ਜਿਸ ਤਰੀਕੇ ਨਾਲ ਕਿਸਾਨ ਜਿਹੜੇ ਉੱਥੇ, ਉਹ ਵੀ ਕਿਸਾਨ ਆਏ ਜਿਨ੍ਹਾਂ ਦੇ ਅਕਾਊਂਟ 'ਚ ਆਲਰੇਡੀ ਪੈਸਾ ਪਹੁੰਚ ਗਿਆ ਸੀ, ਔਰ ਇਹਦਾ ਕਾਰਨ ਹੈ ਕਿ ਜਦੋਂ ਤੁਹਾਡਾ, ਤੁਸੀਂ ਕਿਸਾਨ ਦੇ ਦਰਦ ਨੂੰ ਸੂਬੇ ਦਾ ਮੁਖੀਆ ਮਹਿਸੂਸ ਕਰਦਾ ਆ ਔਰ ਉਹਨੂੰ ਠੀਕ ਕਰਨ ਦੀ ਗੱਲ ਕਰਦਾ। ਹੁਣ ਪਿਛਲੇ ਦਿਨਾਂ 'ਚ ਮਾਨ ਸਾਹਿਬ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਕੋਆਪਰੇਟਿਵ ਬੈਂਕਾਂ ਦੇ ਜਿਹੜੇ ਲੋਨ ਹੈ ਉਹ ਫਰੀਜ ਕਰਤੇ ਜਦੋਂ ਤੱਕ ਕਿ ਕਿਸਾਨ ਦੀ ਸਥਿਤੀ ਸਟੇਬਿਲਿਟੀ 'ਤੇ ਨਹੀਂ ਹੁੰਦੀ, ਸਟੇਬਲ ਨਹੀਂ ਹੁੰਦੀ ਜਾਂ ਮੁੜ ਪੈਰਾਂ 'ਤੇ ਉਹ ਖੜ੍ਹਾ ਨਹੀਂ ਹੁੰਦਾ। ਔਰ ਤਕਰੀਬਨ ਇਹਦੇ 'ਚ ਮੇਰੇ ਕੋਲ ਅੰਕੜਾ ਆਇਆ ਕੋਆਪਰੇਟਿਵ ਬੈਂਕਾਂ ਦਾ, ਔਰ ਇਹ ਕੋਆਪਰੇਟਿਵ ਬੈਂਕ ਉਹੀ ਬੈਂਕ ਹੈ ਜਿਹੜਾ ਕੰਗਾਲੀ ਦੇ ਕਗਾਰ 'ਤੇ ਪਹੁੰਚ ਗਿਆ ਸੀ ਸਾਡੀ ਸਰਕਾਰ ਆਉਣ ਤੋਂ ਬਾਅਦ। ਉਹਨੂੰ ਮਾਣਯੋਗ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਫਾਈਨੈਂਸ ਮਿਨਿਸਟਰ ਨੇ ਤਕਰੀਬਨ 800 ਕਰੋੜ ਰੁਪਏ ਦਾ ਬੇਲ ਆਊਟ ਪੈਕੇਜ ਦਿੱਤਾ ਹੈ। ਇਹ ਉਹੀ ਕੋਆਪਰੇਟਿਵ ਬੈਂਕ ਹੈ ਜਿਹਦੇ ਨਾਲ ਪੇਂਡੂ ਭਾਈਚਾਰਾ ਬਹੁਤ ਵੱਡੇ ਹੱਦ ਤੱਕ ਜੁੜਿਆ। ਇਹਦੇ ਨਾਲ ਤਕਰੀਬਨ 7,625 ਕਰੋੜ ਰੁਪਏ ਦੇ ਜਿਹੜੇ ਕੋਆਪਰੇਟਿਵ ਬੈਂਕਾਂ ਦੇ ਕਿਸਾਨਾਂ ਵੱਲ ਲੋਨ ਸੀ ਉਹਨਾਂ ਨੂੰ ਫਰੀਜ ਕਰਤਾ ਜਦੋਂ ਤੱਕ ਕਿਸਾਨ ਦੀ ਇਕਨੋਮਿਕਲੀ ਫਾਈਨੈਂਸ਼ੀਅਲੀ ਸਥਿਤੀ ਠੀਕ ਨਹੀਂ। ਉਹਨਾਂ ਨੂੰ ਇਸ ਵਾਰ ਨਾ ਲੋਨ ਭਰਨ ਦੀ ਜ਼ਰੂਰਤ ਹੈ ਅਤੇ ਨਾ ਉਹਨਾਂ ਦਾ ਉਹਨਾਂ 'ਤੇ ਕੋਈ ਇਸ 'ਤੇ ਇੰਟਰਸਟ ਪਊਗਾ, ਵਿਆਜ ਨਹੀਂ ਪਊਗਾ, ਵਿਆਜ ਮੁਕਤ ਕਰਤਾ। ਸੋ ਇਹਦੇ 'ਚ ਬੁਨਿਆਦੀ ਗੱਲ ਨਿਕਲ ਕੇ ਆਉਂਦੀ ਆ ਕਿ ਜਿਸ ਤਰੀਕੇ ਨਾਲ ਕੁਦਰਤੀ ਮਾਰ ਪਈ ਆ ਅਤੇ ਕਿਸਾਨ ਨੂੰ ਇਸ ਮੁਸ਼ਕਲ ਦੀ ਘੜੀ 'ਚੋਂ ਕੱਢਣ ਵਾਸਤੇ ਇੱਕ ਪਾਸੇ 15,000 ਰੁਪਏ ਪਰ ਏਕੜ ਵਾਲਾ ਮੁਆਵਜ਼ਾ ਜਿਹੜਾ ਕਿ ਹਾਈਐਸਟ ਰੇਟ ਹੈ ਹੁਣ ਤੱਕ ਦਾ, ਔਰ ਵਿਦਇਨ 20 ਡੇਜ਼ ਪੈਸਾ ਅਕਾਊਂਟਾਂ 'ਚ ਪਹੁੰਚਣ ਲੱਗ ਗਿਆ, ਨਾਲ ਨਾਲ ਕੋਆਪਰੇਟਿਵ ਬੈਂਕਾਂ ਦੇ ਅਕਾਊਂਟ ਫਰੀਜ ਕਰਤੇ, ਉਹਨਾਂ 'ਤੇ ਕੋਈ ਇੰਟਰਸਟ ਨਹੀਂ ਪਊਗਾ ਕਿਸੇ ਕਿਸਾਨ ਨੂੰ, ਅਗਲੀ ਵਾਰ ਜਾ ਕੇ ਉਹ ਇਹ ਵਿਆਜ ਨੂੰ, ਇਸ ਲੋਨ ਨੂੰ ਭਰ ਸਕਦੇ ਆ ਵਿਦਆਊਟ ਇੰਟਰਸਟ, ਕੋਈ ਵਿਆਜ ਨਹੀਂ। ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਔਰ ਬਹੁਤ ਹੀ, ਮੈਂ ਕਹਿ ਸਕਦਾ ਇਹਨੂੰ ਮੁੱਖ ਮੰਤਰੀ ਜੀ ਨੇ ਮਾਈਨਿਊਟਲੀ ਆਪ ਨਿਗਰਾਨੀ ਵੀ ਕੀਤੀ ਔਰ ਇਸ ਗੱਲ ਨੂੰ ਇਨਸ਼ੋਰ ਕੀਤਾ। ਹਾਲਾਂਕਿ ਵਿਰੋਧੀ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਸੀ ਇਹ ਹੋ ਹੀ ਨਹੀਂ ਸਕਦਾ, ਇਹ ਪੋਸੀਬਲ ਹੀ ਨਹੀਂ ਹੈ, ਇਹ ਤਾਂ ਪੈਸਾ ਕਿਤਨਾ ਵੀ ਉਹ ਕਾਰਨ ਹੈ। ਉਹਨਾਂ ਨੇ ਉਹਨਾਂ ਦੇ ਜਿਹੜੇ ਕੰਪਨਸੇਸ਼ਨ ਅਨਾਊਂਸ ਕਰਦੇ ਸੀ ਉਹ ਦੋ ਦੋ ਚਾਰ ਚਾਰ ਸਾਲ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਨੇ ਦੱਸਿਆ ਬੀਤ ਜਾਂਦੇ ਸੀ ਔਰ ਉਸ ਤੋਂ ਬਾਅਦ ਵੀ ਕਿਸੇ ਨੂੰ 50 ਰੁਪਏ 20 ਰੁਪਏ 100 ਰੁਪਏ ਮੈਂ ਜ਼ਿਕਰ ਕੀਤਾ, ਇਹ ਹਾਲਾਤ ਸੀ। ਸੋ ਇੱਕ ਪ੍ਰੋ ਫਾਰਮਰ ਸਰਕਾਰ ਹੋਣ ਦਾ
ਜਿਹੜਾ ਸਾਡਾ ਦਾਅਵਾ ਹੈ, ਪੰਜਾਬ ਦੀ ਖੇਤੀ ਕਿਸਾਨੀ ਨੂੰ ਸੁਰਜੀਤ ਕਰਨ ਦਾ ਦਾਅਵਾ ਹੈ, ਉਹਦੇ ਵਿੱਚ ਅੱਜ ਜਿਸ ਤਰੀਕੇ ਨਾਲ ਕੰਪਨਸੇਟ ਕਰਕੇ ਮੁੱਖ ਮੰਤਰੀ ਜੀ ਨੇ ਐਗਜ਼ਾਮਪਲ ਸੈੱਟ ਕੀਤਾ ਹੈ, ਇਤਿਹਾਸਿਕ ਫੈਸਲਾ ਲਿਆ ਹੈ, ਫਸਲ ਖੇਚ ਅਤੇ ਪੈਸਾ ਖਾਤੇ 'ਚ, ਇਹ ਬਹੁਤ ਮਾਈਲ ਸਟੋਨ ਕਿਸਾਨ ਦੀ ਜ਼ਿੰਦਗੀ ਵਾਸਤੇ ਸਾਬਿਤ ਹੋਊਗਾ। ਔਰ ਪੰਜਾਬ ਦੀ ਜਿਹੜੀ ਪੂਰਾ ਰਾਜਨੀਤੀ ਰਹੀ ਆ, ਇਸ ਤਰੀਕੇ ਦੇ ਫੈਸਲੇ ਦੇਖਣ ਨੂੰ ਮਿਲੇ ਨਹੀਂ। ਔਰ ਇਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਮਾਣਯੋਗ ਮੁੱਖ ਮੰਤਰੀ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜੀ ਕਮਿਟਮੈਂਟ ਸੀ ਪੰਜਾਬ ਦੇ ਲੋਕਾਂ ਨਾਲ, ਉਹਦੇ 'ਤੇ ਖੜ੍ਹੇ ਹਾਂ, ਔਰ ਆਉਣ ਵਾਲੇ ਟਾਈਮ 'ਚ ਵੀ ਇਸੇ ਸੰਜੀਦਗੀ ਨਾਲ, ਇਸੇ ਗੰਭੀਰਤਾ ਨਾਲ, ਇਸੇ ਦਰਿਆ ਦਿਲੀ ਨਾਲ, ਔਰ ਇਸੇ ਹੀ ਜਵਾਬਦੇਹੀ ਨਾਲ ਪੰਜਾਬ ਸਰਕਾਰ ਜਿਹੜੀ ਆ ਪ੍ਰੋ ਪੀਪਲਸ ਫੈਸਲੇ ਲੈਂਦੀ ਰਹੂਗੀ। ਇਹ ਸਾਡਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਹੈ। ਦੇਖੋ, ਚਾਹੇ ਗੱਲ ਵੈਲਿਊ ਕੱਟ ਲਾਉਣ ਦੀ ਹੋਵੇ, ਚਾਹੇ ਗੱਲ ਬੇਮੌਸਮੀ ਬਰਸਾਤ ਦੇ ਕਾਰਨ ਫਸਲ ਖਰਾਬ ਕਰਨ ਦੀ ਹੋਵੇ, ਹਰੇਕ ਜ਼ਿੰਮੇਵਾਰੀ ਨੂੰ ਲੈਣ ਦੀ ਪਹਿਲ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਆਪ ਕੀਤੀ ਹੈ। ਔਰ ਇਹ ਕੇਂਦਰ ਸਰਕਾਰ ਦਾ ਬੇਮਾਨਾ ਖਾਮ ਖਾਂ ਦਾ ਇੱਕ, ਜਿਹਨੂੰ ਕਹਿ ਸਕਦੇ ਹੋ ਪੰਜਾਬ ਦੇ ਲੋਕਾਂ ਦੇ ਪ੍ਰਤੀ ਦੋਗਲਾ ਔਰ ਦਵੇਸ਼ ਭਰਿਆ ਫੈਸਲਾ ਹੈ। ਔਰ ਇਸ ਕਰਕੇ ਮੁੱਖ ਮੰਤਰੀ ਜੀ ਨੇ ਕਿਹਾ ਵੀ ਅਸੀਂ ਵਾਰ ਵਾਰ ਤਰਲੇ ਨਹੀਂ ਕੱਢਣੇ, ਅਸੀਂ ਉਹਦੀ ਭਰਪਾਈ ਜਿਹੜੀ ਆ ਵੈਲਿਊ ਕੱਟ ਦੀ ਭਰਪਾਈ ਪੰਜਾਬ ਸਰਕਾਰ ਕਰੂਗੀ। ਇੱਕ ਦਿਨ ਪਹਿਲਾਂ ਹੀ ਆਨਰੇਬਲ ਚੀਫ ਮਿਨਿਸਟਰ ਅਨਾਊਂਸ ਕਰ ਚੁੱਕੇ ਆ। ਮੈਨੂੰ ਨਹੀਂ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਕਿਸੇ ਤਰ੍ਹਾਂ ਦੀ ਅਤੇ ਐਜੀਟੇਸ਼ਨ ਕਰਨ ਦੀ, ਜਦੋਂ ਸਟੇਟ ਸਰਕਾਰ ਨੇ ਜ਼ਿੰਮੇਵਾਰੀ ਲੈ ਲਈ, ਸੈਂਟਰ ਨਾਲ ਅਸੀਂ ਆਪੇ ਨਿਬੜਦੇ ਰਹਾਂਗੇ। ਅਤੇ ਅਸੀਂ ਤਾਂ ਹਰੇਕ ਇੱਕ ਸਾਲ ਤੋਂ ਲਗਾਤਾਰ, ਚਾਹੇ ਉਹ MSP ਦੇਣ ਦੀ ਗੱਲ ਹੈ ਦਾਲਾਂ 'ਤੇ, ਚਾਹੇ ਇੰਸੈਂਟਿਵ ਦੇਣ ਦੀ ਗੱਲ ਹੈ ਡਾਇਰੈਕਟ ਝੋਨੇ ਦੀ ਬਿਜਾਈ 'ਤੇ, ਪੌਣ ਪਾਣੀ ਬਚਾਉਣ ਦੀ ਗੱਲ ਹੈ ਜੀਰਾ ਫੈਕਟਰੀ ਤੋਂ ਲੈ ਕੇ ਲੁਧਿਆਣੇ ਵਾਲੇ ਟੈਕਸਟਾਈਲ ਇੰਡਸਟਰੀ ਨੂੰ ਬਦਲਣ ਦੀ ਗੱਲ ਹੈ, ਇਹ ਵੈਲਿਊ ਕੱਟ ਭਰਪਾਈ ਦੀ ਗੱਲ ਹੈ, ਹਰੇਕ ਫੈਸਲਾ ਕਿ ਕਿਸਾਨੀ ਨੂੰ ਔਰ 15,000 ਰੁਪਏ ਦੇ ਕੇ ਔਰ ਵਿਦਇਨ ਟਾਈਮ ਲਿਮਿਟ 'ਚ ਦਿੱਤਾ ਹੈ। ਇਹਦੇ ਪਿੱਛੇ ਮਕਸਦ ਤਾਂ ਇਹ ਹੀ ਆ ਕਿ ਕਿਸਾਨੀ ਜਿਹੜੀ ਆ ਉਹਨੂੰ ਬਚਾਉਣਾ ਸਾਡੀ ਪ੍ਰਾਇਓਰਿਟੀ ਆ। ਨਹੀਂ, ਮੈਨੂੰ ਲੱਗਦਾ ਚਲੋ ਗੱਲਬਾਤ ਤੋਂ ਤਾਂ ਅਸੀਂ ਕਦੇ ਵੀ ਪਿੱਛੇ ਨਹੀਂ ਹਟੇ, ਔਰ ਹਰ ਇੱਕ ਵਾਰ ਸੰਵਾਦ ਪੰਜਾਬ ਸਰਕਾਰ ਕਰਦੀ ਰਹੀ ਆ। ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਤੁਸੀਂ ਦੱਸ ਰਹੇ, ਮੈਨੂੰ ਨਹੀਂ ਪਤਾ ਇਹਦੇ ਬਾਰੇ ਐਗਜੈਕਟ ਕੀ, ਮੇਰੇ ਕੋਲ ਅਜੇ ਤੱਕ ਖਬਰ ਨਹੀਂ, ਲੇਕਿਨ ਸਾਡਾ ਪੰਜਾਬ ਦੀ ਕਿਸਾਨੀ ਦੇ ਪ੍ਰਤੀ ਜਿਹੜੀ ਕਮਿਟਮੈਂਟ ਹੈ ਮੁੱਖ ਮੰਤਰੀ ਦੀ ਔਰ ਸਰਕਾਰ ਦੀ, ਅਸੀਂ ਉਸ 'ਤੇ ਖੜੇ। ਬਿਲਕੁਲ ਜਾਇਜ਼ ਨਹੀਂ ਹੈ, 2872 ਕਰੋੜ ਰੁਪਇਆ ਸਾਡਾ ਪੈਂਡਿੰਗ ਹੈ। ਹੁਣ ਇਹ ਬੜਾ ਇੰਟਰਸਟਿੰਗ ਗੱਲ ਹੈ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ, ਪਹਿਲਾਂ ਤਾਂ ਮਾਰਕੀਟ ਕਮੇਟੀ ਫੰਡ ਵੀ ਜਿਹੜਾ 3% ਤੋਂ 2% ਕਹਿੰਦੇ, ਉਹ 'ਤੇ ਐਗਰੀ ਕਰ ਗਏ। ਕੇਂਦਰ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ 3% ਪੰਜਾਬ ਨੂੰ, ਪੰਜਾਬ ਦੀ ਸਰਕਾਰ ਨੂੰ ਵਾਪਸ ਆਉਣਾ ਸੀ, ਜਿਹਦੇ ਨਾਲ ਮੰਡੀਆਂ ਦਾ ਔਰ ਪੇਂਡੂ ਸੜਕਾਂ ਦਾ ਜਿਹੜਾ ਇਨਫਰਾਸਟਰਕਚਰ ਹੈ, ਜਿਹੜਾ ਰੱਖ ਰਖਾਵ ਹੈ, ਜਿਹੜਾ ਕਿਸਾਨੀ ਨਾਲ ਸੰਬੰਧਿਤ ਹੈ, ਉਹ ਪੰਜਾਬ ਸਰਕਾਰ ਉਸ 'ਤੇ ਵੱਡਾ ਕੱਟ ਲਾਇਆ। ਅਸੀਂ ਇਹਦਾ ਵਿਰੋਧ ਕੀਤਾ ਹੈ। ਔਰ ਇਹਦੇ ਪਿੱਛੇ ਵੇਖ ਲਓ
ਕੈਪਟਨ ਅਮਰਿੰਦਰ ਸਿੰਘ ਨੇ ਰੂਰਲ ਡਿਵੈਲਪਮੈਂਟ ਫੰਡ ਦੀ ਵਰਤੋਂ ਜਿਹੜਾ ਪੰਜਾਬ ਦੇ ਕਿਸਾਨਾਂ ਨਾਲ ਝੂਠ ਬੋਲਿਆ ਸੀ ਕਰਜ਼ਾ ਮਾਫੀ ਵਾਸਤੇ ਉਹਦੇ 'ਚ ਵਰਤ ਲਿਆ, ਉਹ ਬੀਜੇ ਕੰਡੇ ਹੁਣ ਸਾਨੂੰ ਫੇਸ ਕਰਨੇ ਪੈ ਰਹੇ ਆ। ਲੇਕਿਨ ਅਸੀਂ ਕੇਂਦਰ ਸਰਕਾਰ ਨੂੰ ਮਾਣਯੋਗ ਮੁੱਖ ਮੰਤਰੀ ਜੀ ਆਲਰੇਡੀ 3 ਚਿੱਠੀਆਂ ਲਿਖ ਚੁੱਕੇ ਆ ਕਿ ਰੂਰਲ ਡਿਵੈਲਪਮੈਂਟ ਫੰਡ ਜਿਹੜਾ 3% ਸਾਡਾ ਬਣਦਾ ਉਹਨੂੰ ਰਿਲੀਜ਼ ਕੀਤਾ ਜਾਵੇ, ਕਿਉਂਕਿ ਇਹ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦਾ ਅਧਿਕਾਰ ਹੈ ਔਰ ਪੰਜਾਬ ਦਾ ਮੰਡੀਕਰਨ ਦੇਸ਼ 'ਚ ਸਭ ਤੋਂ ਵਧੀਆ ਹੈ ਔਰ ਪੰਜਾਬ ਦੇ ਮੰਡੀਕਰਨ ਵਾਲਾ ਮਾਡਲ ਤਾਂ ਸਾਰੇ ਦੇਸ਼ 'ਚ ਲਾਗੂ ਹੋਣਾ ਚਾਹੀਦਾ ਸੀ। ਲੇਕਿਨ ਮੋਦੀ ਸਰਕਾਰ ਪੰਜਾਬ 'ਚੋਂ ਵੀ ਉਹਨੂੰ ਖਤਮ ਕਰਨਾ ਚਾਹੁੰਦੀ ਆ। ਬਿਲਕੁਲ ਅਸੀਂ ਇਹ 'ਤੇ ਕੰਪਰੋਮਾਈਜ਼ ਨਹੀਂ ਕਰਾਂਗੇ, ਸਾਡਾ 3% ਰੂਰਲ ਡਿਵੈਲਪਮੈਂਟ ਫੰਡ ਔਰ ਉਹਦੇ 'ਚ ਵੀ ਅਸੀਂ ਜਿਹੜੀ ਅਮੈਂਡਮੈਂਟ ਉਹਨਾਂ ਨੇ ਕਹੀ ਸੀ ਪੰਜਾਬ ਪੰਚਾਇਤੀ ਰਾਜ ਐਕਟ 'ਚ ਉਹ ਵੀ ਅਸੀਂ ਕੀਤੀ ਆ, ਰੂਰਲ ਡਿਵੈਲਪਮੈਂਟ ਐਕਟ 'ਚ ਉਹ ਵੀ ਅਸੀਂ ਕਰ ਚੁੱਕੇ ਹਾਂ। ਸੈਕਸ਼ਨ 23 ਪੰਜਾਬ ਨੂੰ ਇੰਪਾਵਰ ਕਰਦਾ 3% ਜਿਹੜਾ ਰੂਰਲ ਡਿਵੈਲਪਮੈਂਟ ਵਾਪਸ ਹੋਣ ਸੈਂਟਰਲ ਨੂੰ ਦੇਣ ਦਾ MSP ਦੇ ਉੱਤੇ, ਇਹ ਵੀ ਸਾਡੇ ਨਾਲ ਧੱਕਾ ਹੋ ਰਿਹਾ ਔਰ ਇਹ ਵੀ ਅਸੀਂ ਇਨੀਸ਼ੀਏਟਿਵ ਲਵਾਂਗੇ। ਬਿਲਕੁਲ ਅਸੀਂ ਕੰਪਰੋਮਾਈਜ਼ ਕਰਨ ਵਾਲੇ ਨਹੀਂ। ਜੇ ਪਿਛਲੀਆਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਜੇ ਵਧੀਕੀ ਕੀਤੀ ਆ, ਵਿਤਕਰਾ ਕੀਤਾ ਜਾਂ ਫੰਡ ਦੀ ਦੁਰਵਰਤੋਂ ਕੀਤੀ ਆ ਤਾਂ ਉਹਦੀ ਭਰਪਾਈ ਅਸੀਂ ਕਿਉਂ ਕਰੀਏ? ਅਸੀਂ ਤਾਂ ਜੋ ਨਿਯਮ ਹੈ ਉਹਦੇ ਹਿਸਾਬ ਨਾਲ ਅਮੈਂਡਮੈਂਟ ਵੀ ਕੀਤੀ ਐਕਟ 'ਚ ਔਰ ਪੈਸਾ ਵੀ ਜਿਹੜਾ ਪੇਂਡੂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਮੰਡੀਆਂ ਤੇ ਸੜਕਾਂ ਤੇ ਉਸੇ ਹੀ ਖਾਤੇ 'ਚ ਲੱਗਣਾ ਹੈ ਜਿਹਦੇ ਵਾਸਤੇ ਉਹ ਹੁੰਦਾ ਹੈ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇ।